ਸਾਡੀ ਕੈਰੀ ਔਨ ਜੱਟਾ 2 ਆ ਰਹੀ ਹੈ ਜੀ 1st ਆਫ ਜੂਨ ਰੀਅਲੀ ਵੈਰੀ ਐਕਸਾਈਟਡ ਕਿਉਂਕਿ 6 ਸਾਲਾਂ ਬਾਅਦ ਇਹ ਮੂਵੀ ਬਣੀ ਹੈ ਜੀ ਸਾਰੇ ਇੰਨੇ ਬੰਦੇ ਇਕੱਠੇ ਕਰਨੇ ਸਾਰੇ ਇੰਨੇ ਤਨੰਤਰ ਕਲਾਕਾਰ ਔਰ ਸਭ ਤੋਂ ਵੱਡੀ ਗੱਲ ਪਹਿਲੀ ਕੈਰੀ ਔਨ ਜੱਟਾ ਨੇ ਸਾਨੂੰ ਸਾਰਿਆਂ ਨੂੰ ਕੰਮ ਲਾਇਆ ਜੀ ਹੁਣ ਤੱਕ ਸਾਰੇ ਸੁਪਰ ਬਿਜ਼ੀ ਨੇ ਅਤੇ ਸਾਰੇ ਆਰਟਿਸਟ ਇੰਨੇ ਆਰਟਿਸਟ ਇਕੱਠੇ ਕਰਕੇ ਉਹਨਾਂ ਨਾਲ ਜਸਟੀਫਾਈ ਕਰਨਾ ਤਾਂ ਇਹ ਸਮੀਪ ਕੰਗ ਹੀ ਕਰ ਸਕਦਾ ਸੀਗਾ ਜੀ ਅਤੇ 6 ਸਾਲ ਇਹ ਸਟੋਰੀਜ਼ 'ਤੇ ਲੱਗ ਗਿਆ ਵੀ ਕਿਹੜੀ ਸਟੋਰੀ ਕਰੀਏ ਕਿੱਦਾਂ ਕਰੀਏ ਸਾਰਿਆਂ ਨੂੰ ਕਿਉਂਕਿ ਸਾਰੇ ਧਰੰਤਰ ਕਲਾਕਾਰ ਨੇ ਸਾਰੇ ਜੀ ਸੋ ਸਾਰਾ ਮੈਂ ਤਾਂ ਜਿਹੜਾ ਸਾਰਾ ਸਿਹਰਾ ਜਾਂਦਾ ਜੀ ਸਾਡੇ ਜਿਹੜਾ ਬੌਸ ਹੈ ਸਾਡੇ ਸਮੀਪ ਕੰਗ ਜੀ ਨੂੰ ਦਿੰਦਾ ਇਸ ਦਾ ਸਾਰਾ ਸਿਹਰਾ ਅਤੇ ਅਸੀਂ ਰੀਅਲੀ ਬਹੁਤ ਜ਼ਿਆਦਾ ਐਕਸਾਈਟਡ ਹਾਂ ਵੀ ਉਦੋਂ ਵਧੀਆ ਬਣੀ ਅਸੀਂ ਸਾਰੇ ਕਿਉਂਕਿ ਡਬਿੰਗ ਵਗੈਰਾ 'ਤੇ ਅਸੀਂ ਦੇਖ ਹੀ ਲਈ ਹੈ ਨਾ ਆਲਮੋਸਟ ਮੂਵੀ ਕਿਉਂਕਿ ਉਦੋਂ ਉੱਤੇ ਦੀ ਗੱਲ ਕਰਨ ਦਾ ਫਾਇਦਾ ਸੀਗਾ ਸਾਰਿਆਂ ਨੂੰ ਹੋਪ ਬਹੁਤ ਨੇ ਜਦੋਂ ਅਸੀਂ ਆਪਣੇ ਫੇਸਬੁੱਕ ਵਗੈਰਾ 'ਤੇ ਕੋਈ ਮੈਸੇਜ ਆਉਂਦਾ ਸੀ ਤਾਂ ਨਾਲ ਇਹ ਲਿਖਿਆ ਹੁੰਦਾ ਸੀ ਕੋਈ ਵੀ ਵੱਡੀ ਤੋਂ ਵੱਡੀ ਮੂਵੀ ਕਰ ਲਓ ਤੁਸੀਂ ਉਹਦੇ ਵਿੱਚ ਪਰ ਲਿਖਿਆ ਥੱਲੇ ਮੈਸੇਜ ਇਹ ਹੁੰਦਾ ਸੀਗਾ ਕਹਿੰਦੇ ਇਹ ਤਾਂ ਠੀਕ ਹੈ ਤੂੰ ਬਹੁਤ ਵਧੀਆ ਕੰਮ ਕੀਤਾ ਪਰ ਕੈਰੀ ਔਨ ਜੱਟਾ 2 ਕਦੋਂ ਆ ਰਹੀ ਹੈ ਸੋ ਹੁਣ ਕੈਰੀ ਔਨ ਜੱਟਾ 2 ਆ ਰਹੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਬੇਹੱਦ ਪਸੰਦ ਆਊਗੀ ਬੜੀ ਮਿਹਨਤ ਕੀਤੀ ਔਰ ਬਹੁਤ ਵਧੀਆ ਮੂਵੀ ਬਣੀ ਹੈ ਜੀ ਉਹ ਉਵੇਂ ਕੈਰੀ ਔਨ ਜੱਟਾ ਇੱਕ ਚੱਲਦਾ ਆ ਰਿਹਾ ਜੀ ਫਿਰ ਉਹ ਇੱਦਾਂ ਹੀ ਹੈ ਜੀ ਇਹਦੇ ਵਿੱਚ ਵੀ ਢਿੱਲੋਂ ਨੇ ਕਾਲਾ ਘੁੱਟ ਹੈ ਜੀ ਤੀਜੀ 'ਚ ਬਾਬਾ ਵਾਹਿਗੁਰੂ ਇਹਨੂੰ ਭਾਗ ਲਾਉਣ ਜੀ ਦੂਜੀ ਨੂੰ ਤੀਜੀ 'ਚ ਵੀ ਇੱਦਾਂ ਹੀ ਰੱਖਾਂਗੇ ਤੁਹਾਨੂੰ ਸਾਰਿਆਂ ਨੂੰ ਜੇ ਬਾਹਲਾ ਪਸੰਦ ਆ ਫਿਰ ਆਪਾਂ ਐਂ ਹੀ ਰੱਖਾਂਗੇ ਸਾਰੇ ਨੇ ਹਾਂਜੀ ਹਾਂਜੀ ਉਹ ਸਾਰੇ ਕਰੈਕਟਰ ਸੇਮ ਹੀ ਨੇ ਜੀ ਕਰੈਕਟਰਾਂ ਦੇ ਨਾਮ ਸੇਮ ਨੇ ਪਰ ਸਟੋਰੀ ਬਿਲਕੁਲ ਡਿਫਰੈਂਟ ਹੈ ਜੀ ਠੀਕ ਹੈ ਜੀ ਥੈਂਕ ਯੂ ਸੋ ਮੱਚ ਜੀ